ਦੇਸੀ ਤਰੀਕੇ, ਦੇਸੀ ਬੰਦੇ, ਦੇਸੀ ਕੰਮ, ਪਰ ਤੁਹਾਡੇ ਲਈ ਫਾਇਦੇ ਦੀਆਂ ਗੱਲਾਂ ਅੱਜ ਦੀ ਵੀਡੀਓ ਫਿਰ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ, ਖਾਸ ਕਰਕੇ ਕਿਸਾਨ ਵੀਰਾਂ ਦੇ ਲਈ। ਇਹ ਵੀਡੀਓ ਅੱਜ ਤੋਂ ਮੈਂ 5 ਕੁ ਸਾਲ ਪਹਿਲਾਂ ਪਾਈ ਸੀ, ਫਿਰ 2 ਕੁ ਸਾਲ ਹੋ ਗਏ ਉਦੋਂ ਪਾਈ ਸੀ, ਇਸ ਵਾਰ ਮੈਂ ਫਿਰ ਪਾ ਰਿਹਾ ਖੇਤਾਂ ਦੇ ਵਿੱਚ ਜਿਹੜਾ ਬਲਬ ਜਗਾਉਣਾ ਬਿਨਾਂ ਅਰਥ ਤੋਂ। ਸਮੇਂ ਦੇ ਅਨੁਸਾਰ ਪਹਿਲਾਂ ਬਲਬ ਕੱਚ ਵਾਲੇ ਹੁੰਦੇ ਜਿਹਨੂੰ ਆਪਾਂ 10 ਰੁਪਈਆਂ ਵਾਲਾ ਬਲਬ ਕਹਿੰਦੇ ਸੀ, ਅੱਜ ਕੱਲ੍ਹ LED ਆ ਗਿਆ, ਅਤੇ ਨਾਲ ਦੀ ਨਾਲ ਹੀ ਇਹ ਗੱਲ ਆ ਵੀ ਖੇਤ ਦੇ ਵਿੱਚ ਮੋਬਾਈਲ ਚਾਰਜਰ ਵੀ ਚਾਹੀਦਾ ਹੁੰਦਾ। ਅਤੇ ਖਾਸ ਕਰਕੇ ਮੇਰੇ ਕੋਲ ਅੱਜ ਇੱਕ ਆਪਣਾ ਦੋਸਤ ਆਇਆ ਸੀ ਪਿੰਡੋਂ ਹੀ, ਉਹ ਕਹਿੰਦਾ ਯਾਰ ਖੇਤ ਭਈਏ ਆਏ ਆ ਅਤੇ ਉਹਨਾਂ ਨੇ ਮੋਬਾਈਲ ਵੀ ਚਾਰਜ ਕਰਨੇ ਆ ਅਤੇ ਬਲਬ ਦਾ ਵੀ ਔਖਾ, ਕਿਉਂ ਕਈ ਵਾਰੀ ਕੋਈ ਰਾਤ ਨੂੰ ਸੱਪ ਸਲੂਪੀ ਆ ਜਾਂਦੀ ਹੈ, ਅਤੇ ਕਹਿੰਦਾ ਉੱਥੇ ਅਰਥ ਹੈ ਨਹੀਂ, ਕਹਿੰਦਾ ਮੈਨੂੰ ਕੋਈ ਜੁਗਾੜ ਬਣਾ ਕੇ ਦੇ। ਮੈਂ ਕਿਹਾ ਚੱਲ ਤੈਨੂੰ ਵੀ ਬਣਾ ਕੇ ਦਿੰਦਾ, ਨਾਲ ਆਪਣੇ ਜਿਹੜੇ ਦਰਸ਼ਕ ਆ ਕਿਸਾਨ ਵੀਰ ਜੁੜੇ ਹੋਏ ਉਹਨਾਂ ਨੂੰ ਵੀ ਆਪਾਂ ਦੱਸਦੇ ਹਾਂ। ਜਿਹੜਾ ਪਹਿਲਾ ਤਰੀਕਾ ਆਪਣਾ ਹੁੰਦਾ ਜੀ, ਉਹ ਆਪਣਾ ਹੁੰਦਾ ਇਹ ਪੱਖੇ ਵਾਲੇ ਸੈੱਲ ਦੇ ਨਾਲ ਬਲਬ ਜਗਾਉਣਾ। ਇਹਦੇ ਵਿੱਚ ਦੇਖੋ ਮੈਂ ਅੱਜ ਵਰਤ ਰਿਹਾ 3.25 ਦਾ ਸੈੱਲ, ਠੀਕ ਆ, ਇਹ ਮੁੰਡੇ ਨੇ ਲਿਆ ਕੇ ਦਿੱਤਾ, ਹੋ ਸਕਦਾ ਦੇਸੀ ਹੋਵੇ, ਪਰ ਤੁਸੀਂ ਵਧੀਆ ਕੁਆਲਿਟੀ ਦਾ ਲਿਓ, 3.25 ਦਾ ਜਾਂ 4 ਦਾ ਕਾਫੀ ਹੁੰਦਾ, ਕਿਉਂਕਿ ਐਤਕੀ ਆਪਾਂ ਜਗਾਉਂਦੇ ਹਾਂ ਇਹਦੇ 'ਤੇ ਜੀ LED ਬਲਬ, 5 ਵਾਟ, 7 ਵਾਟ ਜਾਂ 9 ਵਾਟ ਦੇ ਹੁੰਦੇ, ਹੈ ਨਾ, 2 ਬਲਬ ਹੋ ਗਏ। ਅਤੇ ਜੇ ਆਪਾਂ ਮੋਬਾਈਲ ਚਾਰਜ ਦੀ ਗੱਲ ਕਰਦੇ ਹਾਂ ਤਾਂ ਮੋਬਾਈਲ ਚਾਰਜਰ ਜ਼ਿਆਦਾ ਤੋਂ ਜ਼ਿਆਦਾ 15-20 ਵਾਟ ਦਾ ਹੁੰਦਾ। ਇਹਦੇ ਲਈ ਆਪਾਂ ਨੂੰ ਇਸ ਵਾਰ ਕੀ ਕਰਨਾ ਪਊਗਾ, ਆਹ ਦੇਖੋ ਜੀ ਆਹ ਵਾਲਾ ਪਲੱਗ ਬਾਜ਼ਾਰ ਦੇ ਵਿੱਚ ਤੁਹਾਨੂੰ ਆਮ ਮਿਲ ਜਾਂਦਾ, ਇਹਦੇ ਵਿੱਚ ਆਪਾਂ 3 ਮੋਬਾਈਲ ਚਾਰਜ ਇੱਕੇ ਸਮੇਂ ਲਗਾ ਸਕਦੇ ਹਾਂ, ਸਵਿੱਚ ਆ ਕਨੈਕਸ਼ਨ ਕੀਤੇ ਕਿ ਤਾਂ ਇਹ ਤੁਹਾਨੂੰ ਮਿਲ ਜਾਣਗੇ, ਕੁਛ ਨਹੀਂ ਕਰਨਾ। ਕਰਨਾ ਕੀ ਆ ਵੀ ਜਿਵੇਂ ਇੱਥੇ ਆਪਾਂ ਜਗਾਉਣ ਲੱਗੇ 2 ਬਲਬ, ਇੱਕ ਤਾਂ ਜਿੱਥੇ ਇਹ ਬੋਰਡ ਲੱਗੂਗਾ ਉੱਥੇ ਲੱਗੂਗਾ, ਇੱਕ ਬਾਹਰ ਜਿੱਥੇ ਭਈਏ ਰੋਟੀ ਵਗੈਰਾ ਪਕਾਉਂਦੇ ਹੋਣਗੇ, ਖਾਂਦੇ ਹੋਣਗੇ, ਅਤੇ ਉੱਥੇ ਲੱਗ ਜੂਗਾ। ਓਕੇ, ਦੋਨੋਂ ਬਲਬ ਸੀ, ਇਹਨਾਂ ਦੀਆਂ ਜਿਹੜੀਆਂ ਤਾਰਾਂ ਸੀ ਨਾ, ਤੁਸੀਂ ਦੇਖ ਸਕਦੇ ਹੋ ਦੋਨੋਂ ਤਾਰਾਂ, ਤਾਂ ਹਰ ਬੰਦਾ ਕੰਮ ਕਰ ਸਕਦਾ, ਮੈਂ ਸਿੱਧੀਆਂ ਪਲੱਗ ਦੇ ਵਿੱਚ ਲਗਾ ਦਿੱਤੀਆਂ, 3 ਪਲੱਗ ਪੈਰਲਲ ਚ, ਚਾਹੇ ਇਹਦੇ 'ਚ ਲਗਾ ਲਓ ਇਹਦੇ 'ਚ, ਇਹਦੇ 'ਚ ਇੱਕੋ ਹੀ ਗੱਲ ਆ। ਜਿਹੜੀਆਂ ਇਹਨਾਂ ਨੇ ਕਨੈਕਸ਼ਨ ਵਾਸਤੇ ਤਾਰਾਂ ਦਿੱਤੀਆਂ ਸੀ, ਠੀਕ ਆ ਜੀ, ਜਿੱਥੋਂ ਆਪਾਂ ਬਾਹਰੋਂ ਕਨੈਕਸ਼ਨ ਦੇਣਾ, ਉਹਦੇ ਲਈ ਆਪਣੇ ਕੋਲ ਇੱਕ ਇਹ ਤਾਰ ਆ ਅਤੇ ਇੱਕ ਤਾਰ ਆਪਾਂ ਲਗਾਵਾਂਗੇ ਇੱਥੇ ਸਵਿੱਚ 'ਤੇ, ਆਹ ਵਾਲੀ। ਪਰ ਜੇ ਹੁਣ ਇੱਥੇ ਇਹ ਸਵਿੱਚ 'ਤੇ ਲਗਾਤੀ, ਡਬਲ ਫੇਜ ਆ ਜੂਗਾ ਅਤੇ ਗਾਂਹ ਵਾਲਾ ਸਾਰਾ ਸਮਾਨ ਸੜ ਜੂਗਾ, ਉਹਦੇ ਲਈ ਕੀ ਕਰਾਂਗੇ ਨਾ ਆਪਾਂ ਇੱਥੇ ਇਹ ਲਾਵਾਂਗੇ ਜੀ ਇੱਕ ਕਪੈਸਟਰ, ਠੀਕ ਆ। ਇਹਨੂੰ ਲਗਾਉਣ ਦਾ ਤਰੀਕਾ ਸਿੰਪਲ ਹੈਗਾ, ਜੇ ਤਾਂ ਤੁਸੀਂ ਤਾਰ ਦੇ ਉੱਪਰ ਜੋੜ ਲਗਾਉਣਾ ਫਿਰ ਤਾਂ ਇੱਥੇ ਲਗਾ ਦਿਓ, ਪਰ ਉਹਦੀ ਜਗ੍ਹਾ 'ਤੇ ਆਪਾਂ ਕੀ ਕਰਾਂਗੇ, ਆਹ ਵਾਲੀ ਜਿਹੜੀ ਤਾਰ ਦਾ ਜੰਪਰ ਆ ਨਾ ਇਹ ਖੋਲ੍ਹ ਦਿੰਦੇ ਹਾਂ, ਠੀਕ ਆ ਜੀ, ਇਹ ਇੱਥੇ ਆਪਾਂ ਇਹ ਵਾਲਾ ਜਿਹੜਾ ਕਪੈਸਟਰ ਆ ਉਹ ਲਗਾ ਦੇਵਾਂਗੇ, ਕਿਉਂਕਿ ਸੀਲ ਵਿੱਚ ਹੀ ਲੱਗਣਾ, ਹੋਰ ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਡਾਇਆਗ੍ਰਾਮ ਵੀ ਬਹੁਤੀ ਗੱਲ ਬਣਾ ਕੇ ਦਿਖਾ ਦਿੰਦਾ। ਆਪਣੇ ਖੇਤਾਂ ਦੇ ਵਿੱਚ 3-ਫੇਜ਼ ਸਪਲਾਈ ਹੁੰਦੀ ਆ, ਮੈਂ 3 ਗ੍ਰਿਪ ਬਣਾਤੇ ਆ, ਲਾਲ, ਪੀਲਾ ਅਤੇ ਨੀਲਾ, ਇਹ 3 ਅਲੱਗ ਅਲੱਗ ਫੇਜ਼ ਆ, ਇਹਦੇ ਵਿੱਚੋਂ ਤੁਸੀਂ 2 ਕੋਈ ਵੀ ਫੇਜ਼ ਚੁੱਕ ਸਕਦੇ ਹੋ। ਉਸ ਤੋਂ ਬਾਅਦ ਤੁਹਾਡੇ ਕੋਲ 4 ਤੋਂ ਲੈ ਕੇ 6 ਦਾ ਕਪੈਸਟਰ ਚਾਹੀਦਾ ਜੀ, ਜਿਵੇਂ ਕਿ ਮੰਨ ਕੇ ਚੱਲੋ ਵੀ ਮੈਂ ਪੀਲੇ ਰੰਗ ਦੀ ਤਾਰ ਦੇ ਵਿੱਚ ਕਪੈਸਟਰ ਲਗਾਇਆ, ਇੱਕ ਸਿਰਾ ਆਪਾਂ ਗ੍ਰਿਪ ਵਾਲੇ ਪਾਸੇ ਲਾ ਦੇਣਾ ਫੇਜ਼ ਵਾਲੇ ਪਾਸੇ, ਅਤੇ ਦੂਜਾ ਲਾਵਾਂਗੇ ਆਪਾਂ ਸਵਿੱਚ ਨੂੰ, ਸਵਿੱਚ ਤੋਂ ਅੱਗੇ ਪਲੱਗ ਲੱਗਾ ਹੋਇਆ ਜੀ, ਅਤੇ ਪਲੱਗ ਦੇ ਜਿਹੜੀਆਂ ਦੋਨੋਂ ਪਿੰਨਾਂ ਇਹਦੇ ਉੱਪਰ ਆਪਾਂ ਸਿੱਧਾ ਪੈਰਲਲ ਦੇ ਵਿੱਚ 100 ਵਾਟ ਦਾ ਬਲਬ ਲਗਾ ਦਿੱਤਾ। 100 ਵਾਟ ਦਾ ਬਲਬ ਆਪਾਂ ਨੂੰ ਇਸ ਲਈ ਲਗਾਉਣਾ ਪੈਂਦਾ ਕਿਉਂਕਿ ਜੇਕਰ ਤੁਸੀਂ 6 ਦਾ ਕਪੈਸਟਰ ਲਗਾ ਰਹੇ ਹੋ ਜਾਂ 5 ਦਾ ਲਗਾ ਰਹੇ ਹੋ ਉੱਥੇ ਵੋਲਟੇਜ ਜ਼ਿਆਦਾ ਹੋ ਜਾਂਦੇ ਆ, ਜੇ ਆਪਾਂ ਸਿੱਧਾ ਪਲੱਗ ਦੇ ਵਿੱਚ ਮੋਬਾਈਲ ਚਾਰਜਰ ਲਗਾਵਾਂਗੇ ਤਾਂ ਮੋਬਾਈਲ ਚਾਰਜਰ ਨੂੰ ਨੁਕਸਾਨ ਹੋ ਸਕਦਾ। 100 ਦਾ ਬਲਬ ਆ ਉਹਨੇ ਕੀ ਕਰਨਾ ਕਿ ਜਿਹੜੇ ਵੋਲਟੇਜ ਆ ਉਹ ਸਹੀ ਜੇ ਲੈ ਆਉਣੇ ਆ,
ਦੂਜੀ ਗੱਲ ਇਹ ਆ ਵੀ ਜੇਕਰ ਬਿਲਕੁਲ ਤੁਹਾਡਾ ਟਰਾਂਸਫਾਰਮਰ ਦੇ ਮੁੱਢ ਦੇ ਵਿੱਚ ਇਹ ਮੋਟਰ ਹੈਗੀ ਹੈ ਅਤੇ ਤੁਸੀਂ 4 ਦਾ ਕੰਪੈਕਟਰ ਲਗਾਓ, ਕੋਸ਼ਿਸ਼ ਕਰੋ। ਮੈਂ ਤਾਂ ਇਹ ਕਹਿੰਦਾ ਵੀ ਜੇਕਰ ਤੁਹਾਨੂੰ ਮਤਲਬ ਕਿ ਐੱਲ ਈ ਡੀ ਬੱਲਬ ਲਗਾ ਸਕਦੇ ਤਾਂ ਐੱਲ ਈ ਡੀ ਬੱਲਬ ਲਗਾਓ। ਖੇਤੋਂ ਬੱਲਬ ਚੋਰੀ ਹੋਣ ਦਾ ਡਰ ਰਹਿੰਦਾ, ਮਹਿੰਗਾ ਹੁੰਦਾ ਥੋੜ੍ਹਾ ਜਿਹਾ, ਨਹੀਂ ਤਾਂ ਮਤਲਬ ਕਿ ਖੇਤ ਦੇ ਵਿੱਚ ਆਪਾਂ ਐੱਲ ਈ ਡੀ ਬੱਲਬ ਵੀ ਲਗਾ ਸਕਦੇ ਹਾਂ। ਉਹਦੇ ਲਈ ਫਿਰ ਆਪਾਂ ਨੂੰ ਕੀ ਕਰਨਾ ਪਊਗਾ, ਜਿਹੜਾ ਕੰਪੈਕਟਰ ਆ ਉਹ ਆਪਾਂ ਨੂੰ ਲਗਾਉਣਾ ਪਊਗਾ ਜੀ 2 ਦਾ, 2 ਦਾ ਕੰਪੈਕਟਰ ਲਗਾ ਕੇ ਉਹਦੇ ਉੱਪਰ ਤੁਸੀਂ 2 ਬੱਲਬ ਚਲਾ ਸਕਦੇ ਹੋ ਜਿਹੜੇ ਕਿ ਐੱਲ ਈ ਡੀ ਆ 9-9 ਵਾਟ ਦੇ, ਅਤੇ ਨਾਲ ਉਹਦੇ ਤੁਸੀਂ ਮੋਬਾਈਲ ਚਾਰਜਰ ਲਗਾਉਣਾ। ਮੈਂ ਇਸੇ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦੋਨੋਂ ਚੀਜ਼ਾਂ ਦਿਖਾਈਆਂ, ਕਿਉਂਕਿ ਜੇਕਰ ਤੁਹਾਡੇ ਵੋਲਟੇਜ ਘੱਟ ਆਉਂਦੀ ਆ ਫਿਰ ਬੱਲਬ ਦੀ ਰੋਸ਼ਨੀ ਡਿਮ ਹੋ ਜਾਂਦੀ ਆ, ਜੇਕਰ ਆਪਣਾ ਐੱਲ ਈ ਡੀ ਬੱਲਬ ਲੱਗਾ ਹੋਊਗਾ ਇੱਕ ਤਾਂ ਉਹ ਲਾਈਟ ਘੱਟ ਖਾਊਗਾ, ਦੂਜਾ ਉਹਦੀ ਰੋਸ਼ਨੀ ਪੂਰੀ ਹੁੰਦੀ ਆ। ਜਿਹੜੇ ਮੋਬਾਈਲ ਚਾਰਜਰ ਆ ਜਾਂ ਐੱਲ ਈ ਡੀ ਬੱਲਬ ਆ ਇਹਨਾਂ ਨੂੰ 180-90 ਜਾਂ 150 ਵੋਲਟੇਜ ਵੀ ਕਾਫੀ ਹੁੰਦੇ ਆ, ਅਤੇ ਜੇਕਰ ਆਪਾਂ ਇਹਦੇ ਨੂੰ ਜ਼ਿਆਦਾ ਵੋਲਟੇਜ ਦੀ ਗੱਲ ਕਰਦੇ ਹਾਂ ਤਾਂ ਮੈਂ ਇਹ ਤਕਰੀਬਨ 270-280 ਵੋਲਟੇਜ 'ਤੇ ਵੀ ਚੈੱਕ ਕੀਤੇ ਆ, ਉਦੋਂ ਤੱਕ ਵੀ ਇਹ ਖਰਾਬ ਨਹੀਂ ਹੁੰਦੇ। ਇਸ ਲਈ ਜੇਕਰ ਤੁਸੀਂ ਐੱਲ ਈ ਡੀ ਬੱਲਬ ਦੇ ਨਾਲ ਮੋਬਾਈਲ ਚਾਰਜਰ ਲਾਉਣਾ ਤਾਂ 2 ਦਾ ਕੰਪੈਕਟਰ ਲਗਾਓ, ਜੇਕਰ ਤੁਸੀਂ 100 ਦੇ ਬੱਲਬ ਦੇ ਨਾਲ ਮੋਬਾਈਲ ਚਾਰਜਰ ਲਗਾਉਣਾ ਫਿਰ ਤੁਹਾਨੂੰ ਜਿਹੜਾ ਕੰਪੈਕਟਰ ਆ ਉਹ ਵੱਡਾ ਕਰਨਾ ਪਊਗਾ। ਅਤੇ ਇਸੇ ਵੀਡੀਓ ਦੇ ਵਿੱਚ ਅੱਗੇ ਜਾ ਕੇ ਮੈਂ ਤੁਹਾਨੂੰ ਸਾਰਾ ਪ੍ਰੈਕਟੀਕਲ ਕਰਕੇ ਦਿਖਾਇਆ ਜੀ। ਕਿਸਾਨ ਵੀਰਾਂ ਦੇ ਲਈ ਬਹੁਤ ਫਾਇਦੇਮੰਦ ਇਹ ਚੀਜ਼ ਹੋਈ ਸੀਗੀ, ਅਤੇ ਅਕਸਰ ਜਦੋਂ ਕੋਈ ਨਾ ਕੋਈ ਮਿਲਦਾ ਹੁੰਦਾ ਜੀ ਉਦੋਂ ਇਹ ਗੱਲ ਲਾਜ਼ਮੀ ਕਹਿੰਦਾ ਹੁੰਦਾ ਯਾਰ ਤੇਰੀ ਉਹ ਵੀਡੀਓ ਵੇਖੀ ਸੀ ਜਿਹਦੇ 'ਚ ਅਸੀਂ ਨਾ ਬਿਨਾਂ ਅਰਥ ਤੋਂ ਬੱਲਬ ਜਗਾਇਆ ਸੀ ਅਤੇ ਸਾਨੂੰ ਬਹੁਤ ਫਾਇਦਾ ਹੋਇਆ। ਚਲੋ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਹੌਸਲਾ ਅਫਜਾਈ ਦਿੱਤੀ। ਲਓ ਜੀ ਦੇਖੋ ਸਿੰਪਲ ਤਰੀਕਾ, ਜਿਹੜੀ ਆ ਤਾਰ ਦਾ ਟੋਟਾ ਸਵਿੱਚ ਤੋਂ ਲੱਗਾ ਸੀ ਗਾਂਹ ਵਾਲੇ ਪਲੱਗਾਂ ਨੂੰ ਉਹ ਉਤਾਰ ਕੇ ਉਹਦੇ ਥਾਂ 'ਤੇ ਆਪਾਂ ਕੰਪੈਕਟਰ ਲਗਾ ਦਿੱਤਾ। ਇਹਦਾ ਜਿਹੜਾ ਝੱਗਾ ਜਿਹਾ ਸੀਗਾ ਇਹ ਮੈਂ ਵੱਢ ਕੇ ਪਰੇ ਮਾਰਿਆ, ਅਤੇ ਕਿਉਂਕਿ ਪਤਲਾ ਹੋ ਗਿਆ ਨਾ ਫਾਇਦਾ ਤਾਂ ਹੈ ਨਹੀਂ ਸੀ ਕੋਈ, ਅਤੇ ਇਹਨੂੰ ਆਪਾਂ ਇੱਥੇ ਹੀ ਐਂ ਰੱਖ ਦੇਣਾ। ਓਕੇ ਜਿਹੜਾ ਸਵਿੱਚ ਦਾ ਦੂਸਰਾ ਪੁਆਇੰਟ ਆ ਇਹਨੂੰ ਆਪਾਂ ਇੱਥੇ ਤਾਰ ਲਾ ਦਿੰਦੇ ਹਾਂ ਜੀ। ਠੀਕ ਆ, ਲਓ ਜੀ ਆਪਣਾ ਡਬਲ ਫੇਜ 'ਤੇ ਚੱਲਣ ਵਾਲਾ ਇਹ ਬੋਰਡ ਆ ਉਹ ਚਾਲੂ ਹੋ ਗਿਆ, ਅਤੇ ਇਹਨੂੰ ਆਪਾਂ ਇੱਥੇ ਨਾ ਬਚਾ ਕੇ ਜੀ ਲਓ ਜੀ ਇਹਦੇ ਵਿੱਚ ਹੀ ਰੱਖ ਦਿੱਤਾ। ਲਾ ਪੂਰਾ ਪੂਰਾ ਆ ਗਿਆ ਹੈ ਨਾ, ਕੁਛ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਆ, ਉੱਤੋਂ ਆਪਾਂ ਪੇਚ ਲਾ ਦਿੱਤੇ। ਅੱਛਾ ਹੁਣ ਜਦੋਂ ਆਪਾਂ ਇਹਦੇ 'ਚ ਮੋਬਾਈਲ ਚਾਰਜਰ ਲਾਉਣਾ, ਠੀਕ ਆ ਮੋਬਾਈਲ ਚਾਰਜ ਚਾਹੇ 3 ਲਾ ਲਓ, ਪਰ ਉਹਦੇ ਨਾਲ ਹੈਗਾ ਕੀ ਆ ਵੀ ਤੁਹਾਡਾ ਬੱਲਬ ਹਮੇਸ਼ਾ ਜਗਦਾ ਹੋਵੇ, ਕਿਉਂਕਿ ਜੇ ਬੱਲਬ ਨਾ ਜਗਦਾ ਹੋਇਆ ਨਾ ਜਿਹੜੇ ਇੱਥੇ ਵੋਲਟੇਜ ਉਹ ਜ਼ਿਆਦਾ ਹੋ ਜਾਣਗੇ, ਮੋਬਾਈਲ ਚਾਰਜਰ ਨੂੰ ਨੁਕਸਾਨ ਹੋ ਸਕਦਾ। ਬੱਲਬ ਯਾਨੀ ਕਿ ਜਗਦਾ ਰੱਖਣਾ ਪਊਗਾ, ਅਤੇ ਆਪਾਂ ਚੈੱਕ ਕਰਦੇ ਹਾਂ ਡਬਲ ਫੇਜ 'ਤੇ। ਲਓ ਜੀ ਤੁਸੀਂ ਵੇਖ ਸਕਦੇ ਹੋ ਵੀ 412 ਵੋਲਟੇਜ ਆ ਰਹੇ ਆ, ਕਿਉਂਕਿ ਆਪਾਂ ਇਹਦੇ 'ਤੇ ਬੱਲਬ ਨਹੀਂ ਚਲਾਇਆ। ਠੀਕ ਆ, ਹੁਣ ਜਿਵੇਂ ਮੈਂ ਇਹਦੇ 'ਤੇ ਬੱਲਬ ਚਲਾਊਂਗਾ ਇੱਕ ਹੋਲਡਰ 'ਤੇ, ਅਤੇ ਆਹ ਤੁਸੀਂ ਵੇਖ ਸਕਦੇ ਹੋ ਕਿ 409 ਵੋਲਟੇਜ ਰਹਿ ਗਏ। ਠੀਕ ਆ ਜੀ, ਨਾਲ ਜੇ ਆਪਾਂ ਇੱਕ 100 ਦਾ ਬੱਲਬ ਜਗਾ ਦਿਆਂਗੇ, ਆਹ ਦੇਖੋ ਜੀ ਇੱਥੇ ਵੋਲਟੇਜ ਰਹਿ ਗਏ 160। ਠੀਕ ਆ, ਅਤੇ 160 ਦੇ ਨਾਲ ਇਹ ਹੋਊਗਾ ਕੀ ਕਿ ਨਾਲ ਆਪਾਂ ਮੋਬਾਈਲ ਚਾਰਜ ਲਾ ਦਿੰਦੇ ਹਾਂ। ਲਓ ਜੀ ਇਹਦੇ ਨਾਲ ਹੀ ਆਪਾਂ ਮੋਬਾਈਲ ਚਾਰਜ ਲਾਉਣ ਲੱਗੇ ਹਾਂ, ਅਤੇ ਇੱਥੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ। ਆਹ ਦੇਖੋ ਜਿਵੇਂ ਹੀ ਮੋਬਾਈਲ ਚਾਰਜ ਇੱਥੇ ਹੋਣ ਲੱਗ ਗਿਆ ਆਉਂਦਾ ਸਿੰਬਲ, ਅਤੇ ਇੱਥੇ ਦੇਖਿਓ ਵੋਲਟੇਜ ਡਾਊਨ ਹੁੰਦੇ ਆ। ਠੀਕ ਆ ਜੀ, ਵੋਲਟੇਜ ਇਹਦੇ ਰਹਿ ਜਾਂਦੇ ਆ ਜੀ, ਆਹ ਦੇਖਿਓ ਯਾਨੀ ਕਿ ਮੋਬਾਈਲ ਚਾਰਜ ਦਾ ਲੋਡ ਵੀ ਇਹਦੇ ਉੱਤੇ ਪੈ ਰਿਹਾ। ਹੁਣ ਆਪਾਂ ਕੀ ਕਰਾਂਗੇ ਕਿ ਜਿਵੇਂ ਇਹਦੇ ਵੋਲਟੇਜ ਜ਼ਿਆਦਾ ਡਰੋਪ ਹੁੰਦੇ ਸੀਗੇ ਮੋਬਾਈਲ ਚਾਰਜ, ਹੁਣ ਆਪਣੇ ਕੋਲ ਦੂਜਾ ਇਹਦਾ ਹੱਲ ਹੈਗਾ ਕਿ ਇਹਦੇ ਨਾਲ ਨਾ ਆਪਾਂ ਇੱਕ ਸੈੱਲ ਹੋਰ ਲਾ ਦਿੰਦੇ ਹਾਂ ਜੀ। ਠੀਕ ਆ ਜੀ, ਤੁਸੀਂ ਮਤਲਬ ਕਿ ਸਿੱਧਾ ਵੀ 5 ਦਾ ਵੀ ਲਾ ਸਕਦੇ ਹੋ ਸੈੱਲ,
6 ਦਾ ਲਾ ਸਕਦੇ ਹਾਂ। ਇਹ ਹੁਣ 3 ਅਤੇ 3 6 ਹੋ ਗਿਆ, ਅਤੇ 6 ਦੇ ਨਾਲ ਜਿਹੜੇ ਵੋਲਟੇਜ ਆ ਇਹ ਆਪਣੇ ਹੋ ਜਾਣਗੇ ਜੀ ਸਹੀ। ਕਿਉਂਕਿ ਖੇਤਾਂ ਦੇ ਵਿੱਚ ਦੇਖੋ ਪਹਿਲਾਂ ਹੀ ਵੋਲਟੇਜ ਕਾਫੀ ਡਰੋਪ ਹੁੰਦੇ ਆ, ਇੱਥੇ ਘਰ ਦੇ ਵਿੱਚ ਤਾਂ 300 ਵੋਲਟੇਜ ਹੈਗੇ ਆ, 400 ਵੋਲਟੇਜ ਹੈਗੇ, ਖੇਤਾਂ ਦੇ ਵਿੱਚ ਇੰਨੇ ਵੋਲਟੇਜ ਨਹੀਂ ਹੁੰਦੇ। ਫਿਰ ਉੱਥੇ ਆਪਾਂ ਨੂੰ ਇਹ ਜਿਹੜਾ ਸੈੱਲ ਉਹ ਵੱਡਾ ਲਾਉਣਾ ਪਊਗਾ, ਕਿਉਂਕਿ ਨਾਲ ਇਹਦੇ 100 ਦਾ ਬੱਲਬ ਆਪਾਂ ਨੂੰ ਲਾਉਣਾ ਹੀ ਪਊਗਾ, ਇਹ ਲਾਜ਼ਮੀ ਆ। ਲਓ ਜੀ ਆਪਾਂ 3 ਅਤੇ 3 ਪਲੱਸ 6 MFD ਦਾ ਕਪੈਸਟਰ ਬਣਾ ਕੇ ਇਹ ਉੱਪਰ ਲਗਾ ਦਿੱਤਾ, ਕਿਉਂਕਿ ਕਪੈਸਿਟੀ ਵੱਧ ਗਈ ਆ, ਥੋੜ੍ਹੇ ਵੋਲਟੇਜ ਡਰੋਪ ਹੁੰਦੇ ਸੀਗੇ ਤਾਂ ਵਧਾਏ ਆ ਇਹ। ਇਹ ਮੈਂ ਵੀਡੀਓ ਤਾਂ ਤੁਹਾਨੂੰ ਇਸ ਲਈ ਬਣਾ ਕੇ ਇਸ ਤਰ੍ਹਾਂ ਦੇ ਰਿਹਾ ਵੀ ਤੁਹਾਨੂੰ ਇਹ ਪ੍ਰੋਬਲਮ ਆ ਸਕਦੀਆਂ ਜੀ। ਸਭ ਤੋਂ ਪਹਿਲਾਂ ਯਾਨੀ ਕਿ ਤੁਹਾਡਾ 100 ਵਾਟ ਦਾ ਬੱਲਬ ਜਗਦਾ ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਮੋਬਾਈਲ ਚਾਰਜ ਲਗਾਉਣਾ। ਇਸ ਗੱਲ ਦਾ ਮਤਲਬ ਕਿ ਗੌਰ ਰੱਖਣਾ ਤੁਸੀਂ। ਲਓ ਜੀ ਆ ਦੇਖੋ ਰੋਸ਼ਨੀ ਹੁਣ ਹੋ ਗਈ ਨਾ ਪੂਰੀ, ਐਂ ਜਗਦਾ, ਅਤੇ ਲਓ ਹਲੋ ਹੁਣ ਮੈਂ ਤੁਹਾਨੂੰ ਵੋਲਟੇਜ ਵੀ ਦਿਖਾਉਣਾ ਇਹਦੇ, ਹੁਣ ਮੈਂ ਤੁਹਾਨੂੰ ਵੋਲਟੇਜ ਵੀ ਇੱਥੋਂ ਵਿਖਾਉਣਾ ਇੱਕ ਵਾਰੀ ਉਹਨਾਂ ਪਲੱਗ ਦੇ ਵਿੱਚ ਹੀ। ਆਹ ਦੇਖੋ ਜੀ 313 ਵੋਲਟੇਜ ਆ, ਪਰ ਇਹ ਮਤਲਬ ਕਿ 313 ਤਾਂ ਹੈ। ਆਹ ਦੇਖੋ ਮੈਂ ਨਾਲ ਇੱਕ ਆ ਜਗਾ ਤਾ ਨਾ LED ਬੱਲਬ, ਖੇਤਾਂ ਦੇ ਵਿੱਚ ਪਹਿਲਾਂ 303 ਹੁੰਦੇ ਆ, ਅਤੇ ਇਹਨੇ ਉਸ ਤੋਂ ਘਟਾ ਕੇ 200 ਕਰ ਦੇਣੇ ਆ, ਯਾਨੀ ਕਿ ਤੁਸੀਂ ਜੇਕਰ ਵੋਲਟੇਜ ਘੱਟ ਆ ਮੋਬਾਈਲ ਚਾਰਜ ਲਾਉਣਾ 100 ਦੇ ਬੱਲਬ ਦੇ ਨਾਲ, ਤੁਸੀਂ 6 ਦਾ ਕਪੈਸਟਰ ਜਾਂ 5 ਦਾ ਲਗਾ ਸਕਦੇ ਹੋ, ਜਿਹਦੇ ਨਾਲ ਤੁਹਾਡਾ ਮੋਬਾਈਲ ਵੀ ਚਾਰਜ ਹੋ ਜੂਗਾ, ਚਾਹੇ 3 ਮੋਬਾਈਲ ਲਾ ਲਿਓ, ਪਰ 100 ਦਾ ਬੱਲਬ ਜਗਦਾ ਹੋਣਾ ਚਾਹੀਦਾ।